खन्ना दे पिंड रसूलड़ा विखे अमृतसर दे सांसद गुरजीत सिंह दा ओजला परिवार वालों सम्मानित किया गया। इस दौरान सांसद ओजला ने कहा कि आम आदमी पार्टी बदलाखोरी दी नीति नाल काम कर रही है। LOC जारी करन दे मुद्दे ते उन्होंने कहा कि भावे चन्नी नू छड्डो सारी कांग्रेस अंदर कर दियो तां वी आप जलंधर उपचुन नहीं जीतेगी। अजीत पंजाबी दी ऑथेंटिक खबरां दे लई सबसक्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक करो। ਬੜੇ ਮਾਣ ਦੀ ਗੱਲ ਹੈ ਜੀ। ਅੱਜ ਮੈਂ ਖੰਨੇ ਆਇਆ ਔਰ ਖੰਨੇ ਦੇ ਨਾਲ ਪਿੰਡ ਰਸੂਲੜਾ ਹੈ, ਉੱਥੇ ਅੱਜ ਇਕੱਤਰ ਹੋਏ ਨੇ ਔਰ ਇੱਥੇ ਸਾਡੇ ਕਾਫੀ ਗੋਦ ਦੇ ਪਰਿਵਾਰ ਔਜਲਾ ਪਰਿਵਾਰ ਜਿਹੜੇ ਨੇ ਇੱਥੇ ਬੈਠੇ ਨੇ, 8 ਪਿੰਡ ਨੇ ਕਰੀਬ ਉਹਨਾਂ ਦੇ। ਸੋ ਗੁਰਕਿਰਤ ਸਿੰਘ ਜੀ ਕੋਟਲੀ ਜਿਹੜੇ ਕਿ ਸਾਬਕਾ ਵਜ਼ੀਰ ਨੇ, ਇਹਨਾਂ ਦੇ ਅੱਜ ਮੈਨੂੰ ਇੱਥੇ ਬੁਲਾਇਆ ਸੀ, ਇਹਨਾਂ ਦੇ ਅੱਜ ਫੰਕਸ਼ਨ ਵੀ ਸਾਡੇ ਕਾਲਜ ਦਾ ਉੱਥੇ ਅਟੈਂਡ ਕੀਤਾ। ਉਸ ਤੋਂ ਬਾਅਦ ਸਾਰਿਆਂ ਨੇ ਚਾਹ ਦਾ ਕੱਪ ਪੀਤਾ, ਬਹੁਤ ਚੰਗਾ ਲੱਗਾ ਕਿ ਮਾਣ ਕੀਤਾ ਹੈ, ਸਤਿਕਾਰ ਕੀਤਾ ਹੈ ਔਰ ਪਰਮਾਤਮਾ ਕਰੇ ਅਸੀਂ ਆਪਣੇ ਦੇਸ਼ ਦੀ ਆਪਣੇ ਸੂਬੇ ਵਾਸਤੇ ਆਪਣੇ ਪਿੰਡ ਵਾਸਤੇ ਸਾਰੇ ਰਲ ਕੇ ਇੱਕ ਗੁਲਦਸਤੇ ਦੀ ਤਰ੍ਹਾਂ ਇੱਕ ਸੈਕੂਲਰ ਸੋਚ ਦੇ ਨਾਲ ਅੱਗੇ ਵਧੀਏ, ਕਿਉਂਕਿ ਰੱਬ ਨੇ ਬਹੁਤ ਮਿਹਰ ਕੀਤੀ ਹੈ, ਰੱਬ ਨੇ ਬਖਸ਼ਿਸ਼ ਕੀਤੀ ਹੈ, ਮੇਰੇ 'ਤੇ ਮਿਹਰ ਭਰਿਆ ਹੱਥ ਰੱਖਿਆ ਕਿ ਗੁਰੂ ਨਗਰੀ ਦਾ ਦੂਜੀ ਵਾਰ ਮੌਕਾ ਦਿੱਤਾ ਹੈ ਪਰਮਾਤਮਾ ਨੇ ਲੋਕਾਂ ਦੀ ਸੇਵਾ ਕਰਨ ਦਾ। ਔਰ ਅਸੀਂ ਸਭਨਾਂ ਨੂੰ ਉਸ ਭਾਈਵਾਲਤਾ ਦਾ, ਸਾਂਝੀ ਵਾਲਤਾ ਦਾ ਸੰਦੇਸ਼ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਿਹਦੇ ਕਿ 4 ਦਰਵਾਜ਼ੇ ਨੇ, ਨੀਂਹ ਸੰਤ ਮੀਆਂ ਮੀਰ ਜੀ ਨੇ ਰੱਖੀ ਆ, ਗੁਰੂ ਰਾਮਦਾਸ ਜੀ ਨੇ ਉਦੋਂ ਹੀ ਇਹ ਚੀਜ਼ਾਂ ਦੇ ਸੰਦੇਸ਼ ਦਿੱਤੇ ਕਿ ਅਸੀਂ ਲੋਕ ਇਕੱਠੇ ਹੋ ਕੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ, ਆਪਣੇ ਪਿੰਡ ਨੂੰ ਅੱਗੇ ਲਿਜਾ ਸਕਦੇ ਹਾਂ, ਆਪਣੇ ਨਗਰ ਨੂੰ ਅੱਗੇ ਲਿਜਾ ਸਕਦੇ ਹਾਂ। ਮੈਂ ਧੰਨਵਾਦੀ ਹਾਂ ਕੋਟਲੀ ਸਾਹਿਬ ਦਾ ਕਿ ਉਹਨਾਂ ਨੇ ਸਭਨਾਂ ਦੇ ਦਰਸ਼ਨ ਕਰਾਏ ਆ। ਮੇਰੀ ਇਹਨਾਂ ਨਾਲ ਵੀ ਇਹੀ ਵਿਚਾਰ ਹੋਏ ਨੇ ਕਿ ਆਪਾਂ ਸਾਰਿਆਂ ਰਲ ਕੇ ਇੱਕ ਸੈਕੂਲਰ ਤਰੀਕੇ ਦੇ ਨਾਲ ਦੇਸ਼ ਨੂੰ ਅੱਗੇ ਲਿਜਾਣਾ ਹੈ ਔਰ ਖਾਸ ਕਰ ਸਾਡੇ ਕੋਟਲੀ ਪਰਿਵਾਰ ਹੈ ਇਹਨਾਂ ਦਾ, ਔਰ ਡਟ ਕੇ ਆਪਣੀ ਪਾਰਟੀ ਦੇ ਨਾਲ ਵੀ ਖੜਨਾ ਹੈ ਆਪਾਂ ਸਾਰਿਆਂ ਨੇ। ਔਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਦਿਲੋਂ ਹੋ ਕੇ ਅਸੀਂ ਸਾਰੇ ਪਿਆਰ ਦੇ ਨਾਲ, ਸਨੇਹ ਦੇ ਨਾਲ ਇੱਕ ਨਗਰ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ। ਸੋ ਮੈਨੂੰ ਅੱਜ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਔਜਲਾ ਪਰਿਵਾਰ ਇੱਥੇ ਇਕੱਠੇ ਹੋਏ ਨੇ, 8 ਪਿੰਡਾਂ ਦੇ ਜਿਹੜੇ ਮੋਹਤਬਰ ਸੱਜਣ ਨੇ ਸਾਰੇ ਇੱਥੇ ਆਏ ਨੇ, ਦੂਸਰੇ ਵੀ ਸੱਜਣ ਆਏ ਨੇ। ਮੈਂ ਸਭਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਅੱਜ ਮਾਣ ਦਿੱਤਾ ਹੈ ਮੈਨੂੰ ਇੱਥੇ ਆਉਣ ਦਿੱਤੇ। ਔਜਲਾ ਸਾਹਿਬ, ਜਿੱਦਾਂ ਵਿਧਾਨ ਸਭਾ 'ਚ ਪਹਿਲਾਂ ਧਮਕੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਸਾਬਕਾ CM ਦੇ ਖਿਲਾਫ LOC ਜਾਰੀ ਕਰਦੀ ਹੈ ਵਿਜੀਲੈਂਸ, ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ? ਦੇਖੋ, ਇਹ ਇੱਕ ਸੋਚੀ ਸਮਝੀ ਸਾਜਿਸ਼ ਹੈ। ਇਲੈਕਸ਼ਨ ਆ ਰਹੀ ਹੈ ਜਲੰਧਰ ਦੀ, ਉਸ ਇਲੈਕਸ਼ਨ ਦੇ ਵਿੱਚ ਇਹ ਸਾਰਾ ਕੁਝ ਹੀ ਹੋਣਾ ਆ, ਫੜਨਗੇ ਵੀ, ਅੰਦਰ ਵੀ ਦੇਣਗੇ, ਕਿਉਂਕਿ ਦੱਸਣ ਲਈ ਕੁਛ ਹੈ ਨਹੀਂ ਵੀ ਕੀਤਾ ਕੀ ਅਸੀਂ ਪਿਛਲੇ ਸਮੇਂ ਦੇ ਵਿੱਚ, ਜਿਹੜਾ ਪੰਜਾਬ ਨੂੰ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਪ੍ਰੋਪੋਗੰਡਾ ਕੀਤਾ ਸੀ, ਜਿੱਦਾਂ ਕੇਜਰੀਵਾਲ ਕਹਿੰਦੇ ਸੀ 20,000 ਕਰੋੜ ਅਸੀਂ ਰੇਤਾ 'ਚੋਂ ਕੱਢਾਂਗੇ, ਅਤੇ ਨਿਕਲਿਆ ਕੀ 125 ਕਰੋੜ, ਉਹ ਵੀ 7,000 ਰੁਪਈਆ ਸੈਂਕੜਾ ਲੋਕਾਂ ਨੂੰ ਰੇਤਾ ਲੈਣੀ ਪਈ। ਲਾਅ ਐਂਡ ਆਰਡਰ ਦੀ ਪੋਜੀਸ਼ਨ ਦਾ ਕੀ ਹਾਲ ਹੈ? ਚਲੋ ਮੰਨ ਲਓ ਅਸੀਂ ਬਾਕੀ ਗੱਲਾਂ ਨੂੰ ਛੱਡ ਦਿਓ, ਕੋਈ ਵੀ ਬੰਦਾ ਜਿਹੜਾ ਹੈ ਕੀ ਜਿੱਥੇ ਗੋਲੀ ਚੱਲਦੀ ਹੋਵੇ, ਕਿਤੇ ਪ੍ਰੋਬਲਮ ਹੋਵੇ, ਅਸੀਂ ਆਪਣਾ ਨਿਆਣਾ ਵੀ ਨਹੀਂ ਉੱਥੇ ਭੇਜਦੇ, ਅਸੀਂ ਤਾਂ ਨਿਆਣਾ ਪੜ੍ਹਨ ਨੂੰ ਵੀ ਉੱਥੋਂ ਲੈ ਆਉਂਦੇ ਹਾਂ। ਅੱਜ ਪੰਜਾਬ ਦੇ ਹਾਲਾਤ ਬਣੇ ਪਏ ਵੀ ਇੱਕ ਮਜ਼ਦੂਰ ਤੋਂ ਲੈ ਕੇ ਇੱਕ ਵੱਡੇ ਤੋਂ ਵੱਡਾ ਬੰਦਾ ਵੀ ਸੇਫ ਨਹੀਂ ਹੈਗਾ, ਭਾਵੇਂ ਕਿੱਡਾ ਵੀ ਧਨਾੜ ਹੈ, ਕਿਉਂਕਿ ਕਿਤੇ ਪੈਸੇ ਫੋਨ ਕਰ ਪੈ ਫਰੌਤੀਆਂ ਵਸੂਲੀਆਂ ਜਾ ਰਹੀਆਂ, ਰਾਹ ਜਾਂਦੇ ਦੇ ਕਾਚੂ ਮਾਰ ਕੇ, ਚਾਕੂ ਮਾਰ ਕੇ ਪੈਸੇ ਕੱਢ ਲਏ ਜਾਂਦੇ, ਕਿਰਚਾਂ ਵੱਜ ਰਹੀਆਂ ਨੇ ਹੋਲੇ ਮਹੱਲੇ ਦੇ ਉੱਤੇ, ਦਿਨ ਚਿੱਟੇ ਦਿਨ ਕਤਲ ਹੋ ਰਹੇ ਨੇ, ਕੋਈ ਡਰ ਹੀ ਨਹੀਂ ਰਹਿ ਗਿਆ। ਸੋ ਇਹ ਤਦ ਹੁੰਦਾ ਜਦੋਂ ਸਰਕਾਰ ਕਮਜ਼ੋਰ ਹੋਵੇ, ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਵਿਰੋਧੀਆਂ 'ਤੇ ਅਜਿਹੇ ਕੰਮ ਕਰ ਰਹੇ ਜਿਹੜੇ ਮਾੜੇ ਨੇ। ਮੈਂ ਅੱਗੇ ਵੀ ਕਿਹਾ ਕਿ ਠੀਕ ਆ ਤੁਸੀਂ ਕਾਰਵਾਈਆਂ ਕਰੋ ਜੀ ਸਦਕੇ ਜਿਹੜੇ ਭ੍ਰਿਸ਼ਟ ਨੇ, ਪਰ ਉਹਦੇ ਨਾਲ ਦੀ ਨਾਲ ਕੀ ਉਹ ਕਾਰਵਾਈ ਥੱਲੇ ਅਫਸਰਾਂ ਤੱਕ ਗਈ ਜਿੱਥੋਂ ਕੰਮ ਸ਼ੁਰੂ ਹੁੰਦਾ ਆ? ਇਹ ਉੱਥੇ ਰੁਕ ਕਿਉਂ ਜਾਂਦੀ ਸਿਰਫ ਇੱਕ ਪੋਲੀਟੀਕਲ ਬੰਦਿਆਂ ਤੱਕ ਰਹਿ ਕੇ, ਜਾਂ ਦੇ ਉਹਦੀ ਜੜ੍ਹ ਤੱਕ ਜਾਓ, ਪਰ ਜੜ੍ਹ ਜਦੋਂ ਹੈ ਹੀ ਨਹੀਂ, ਸਿਰਫ ਇੱਕ ਤੁਸੀਂ ਗੰਦੇ ਕਰਨਾ, ਉਹ ਤੁਹਾਡੀ ਮਰਜ਼ੀ ਆ, ਤੁਸੀਂ ਜੋ ਮਰਜ਼ੀ ਕਰੋ, ਪਰ ਇਹਦੇ ਨਾਲ ਅਰਾਜਕਤਾ ਵੱਧਦੀ ਹੈ, ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ। ਹੁਣ ਇਲੈਕਸ਼ਨ ਅੱਗੇ ਪਹਿਲੀ ਅਤੇ ਤੁਹਾਡੇ ਸਾਹਮਣੇ ਜੋ ਹਾਲਾਤ ਹੋਏ, ਉਦੋਂ ਇਹਨਾਂ ਨੇ ਇਲੈਕਸ਼ਨ ਵਿੱਚ ਇੱਕ ਆਪਣੇ ਮੰਤਰੀ ਨੂੰ ਫੜ ਕੇ ਅੰਦਰ ਦੇ ਦਿੱਤਾ ਸੀ, ਜਦਕਿ ਉਸ ਤੋਂ ਬਾਅਦ ਉਹ ਉਹਨਾਂ ਦੀ ਪਾਰਟੀ ਦਾ ਹੀ ਮੈਂਬਰ ਹੈ, ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਹੋਇਆ। ਹੁਣ ਸਰਾਰੀ ਸਾਹਿਬ ਜਿਨ੍ਹਾਂ ਦੀ ਸ਼ਰੇਆਮ ਵੀਡੀਓ ਆ, ਉੱਤੇ ਕੋਈ ਐਕਸ਼ਨ ਨਹੀਂ ਗਾ। ਸੋ ਇਹ ਇਹੋ ਜਿਹੇ ਕੰਮ ਕਰ ਰਹੇ ਨੇ ਜਿਹੜੇ ਪੰਜਾਬ ਲਈ ਠੀਕ ਨਹੀਂ ਗਏ। ਇਹ ਕੇਜਰੀਵਾਲ ਸਾਹਿਬ ਦਿੱਲੀਓਂ ਸਰਕਾਰ ਚਲਾ ਰਹੇ ਨੇ, ਉਹਨਾਂ ਦੀ ਮੋਦੀ ਦੇ ਨਾਲ ਕੋਈ ਦੁਸ਼ਮਣੀ ਹੋਊਗੀ? ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਹੈ? ਉਹ ਆਪਣੀਆਂ ਦੁਸ਼ਮਣੀਆਂ ਕੱਢਣ ਵਾਸਤੇ ਪੰਜਾਬ ਨੂੰ ਪਾਏਦਾਨ ਦੇ ਤੌਰ 'ਤੇ ਨਹੀਂ ਵਰਤ ਸਕਦੇ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ, ਇਹ ਤੁਸੀਂ ਭਾਵੇਂ ਫੜ ਕੇ ਸਾਰੀ ਕਾਂਗਰਸ ਅੰਦਰ ਦੇ ਦਿਓ, ਲੋਕਾਂ ਨੇ ਮਨ ਬਣਾਇਆ, ਤੁਹਾਨੂੰ ਜਲੰਧਰ ਵਾਲੀ ਇਲੈਕਸ਼ਨ ਤੋਂ ਪਤਾ ਲੱਗ ਜੂਗਾ, ਕਿਉਂਕਿ ਲੋਕ ਪਿੰਡਾਂ ਦੇ ਵਿੱਚ ਤੁਹਾਡੇ ਕੋਲ ਜਵਾਬ ਮੰਗਣਗੇ, ਤੁਹਾਡੇ ਕੋਲ ਜਵਾਬ ਦਿੱਤੇ ਨਹੀਂ ਜਾਣਗੇ। ਸੁਖਪਾਲ ਖਹਿਰਾ ਨੂੰ ਸ਼ਰੇਆਮ ਧਮਕੀ ਦਿੱਤੀ ਜਾਂਦੀ ਹੈ ਕਿ ਮੱਥੇ 'ਚ ਗੋਲੀ ਮਾਰੀ ਜਾਊਗੀ, ਕੀ ਕਹੋਗੇ? ਦੇਖੋ, ਇਹ ਜਿਹੜੀਆਂ ਧਮਕੀਆਂ ਨੇ ਨਾ, ਇਹ ਉਹ ਲੋਕ ਦੇ ਰਹੇ ਨੇ ਜਿਨ੍ਹਾਂ ਕੋਲ ਲੋਕਾਂ ਨੂੰ ਕਹਿਣ ਲਈ ਕੁਛ ਨਹੀਂ। ਤੁਸੀਂ ਮੱਥੇ 'ਚ ਮਾਰੋ, ਸਾਡੀਆਂ ਛਾਤੀਆਂ 'ਚ ਮਾਰੋ, ਜਿਸ ਪਰ ਸਾਡੀ ਆਵਾਜ਼ ਬੰਦ ਨਹੀਂ ਹੁੰਦੀ, ਇੱਕ ਗੱਲ ਸਮਝ ਲਿਓ। ਇਹ ਜਿਹੜੀਆਂ ਧਮਕੀਆਂ ਨੇ, ਇਹ ਧਮਕੀਆਂ ਦੇ ਨਾਲ ਤੁਸੀਂ ਕੀ ਦੱਸਣਾ ਚਾਹੁੰਦੇ? ਜੇ ਫਿਊਚਰ ਦੇ ਵਿੱਚ ਪੰਜਾਬ ਫਿਊਚਰ
फ्यूचर की है पंजाब का, एक वापुत्र सदन के खलो के यहोजी गल करोगे ये बहुत मंदभागी।